ਤੇਲੰਗਾਨਾ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਔਰ ਉਹਨਾਂ ਨੇ 2 ਲੱਖ ਰੁਪਈਆ ਕਿਸਾਨਾਂ ਦੀ ਕਰਜ਼ਾ ਮਾਫੀ ਲਈ ਦਿੱਤਾ। ਅਸੀਂ ਕਿਸਾਨ ਹਿੰਦੁਸਤਾਨ ਦਾ ਕਿਸਾਨ ਕੋਈ ਮੰਗਤਾ ਨਹੀਂ। ਦੇਖੋ ਇਹ 19 ਦੇਰ ਤੱਕ ਪੰਜਾਬ ਹਿੰਦੁਸਤਾਨ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਕਰਜ਼ੇ ਤੋਂ ਬਾਹਰ ਨਹੀਂ ਆ ਸਕਦਾ ਜਿੰਨੀ ਦੇਰ ਤੱਕ ਸਾਰਾ ਕਰਜ਼ਾ ਕਿਸਾਨੀ ਦਾ ਮਾਫ ਨਾ ਹੋਵੇ। ਉਹ ਸਾਰੇ ਕਰਜ਼ੇ ਦਾ ਮਤਲਬ ਕੀ ਵੀ ਜੇ ਇੱਕ ਅੱਜ ਜਿਹੜੀ ਜਿਨਸ ਹੈ ਅੱਜ ਜਿਹੜੀ ਫਾਰਮ ਸੈਕਟਰ ਹੈ ਉਹ ਇੰਨਾ ਅਨਵਾਇਬਲ ਹੋ ਗਿਆ ਕਿਉਂਕਿ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਪੈਸਟੀਸਾਈਡ ਦੀਆਂ ਕੀਮਤਾਂ ਖਾਦਾਂ ਦੀਆਂ ਕੀਮਤਾਂ ਉਹ ਇੰਨਾ ਜ਼ਿਆਦਾ ਵੱਧ ਚੁੱਕੀਆਂ ਹਨ ਵੀ ਕੋਈ ਵੀ ਜੇਕਰ ਤੁਸੀਂ ਕੋਈ ਫਸਲ ਜਾਂ ਜਿਨਸ ਬੀਜਦੇ ਹੋ ਉਹ ਘਾਟੇਬੰਦ ਦਾ ਸੌਦਾ ਹੈ ਨਾ ਕਿ ਲਾਹੇਵੰਦ ਸੌਦਾ ਹੈ। ਅਸੀਂ ਹਿੰਦੁਸਤਾਨ ਨੂੰ ਕਿਸਾਨ ਨੂੰ ਜਿੰਨੀ ਦੇਰ ਤੱਕ ਜਿਹੜੀ ਖੇਤੀ ਹੈ ਇਸ ਨੂੰ ਐਗਰੋ ਬੇਸਡ ਇੰਡਸਟਰੀ ਦੇ ਨਾਲ ਨਹੀਂ ਜੋੜਾਂਗੇ ਇਹਨੂੰ ਇਹ ਫਾਇਦੇ ਇਹ ਜਿਹੜਾ ਸਰਕਾਰ ਸੈਂਟਰ ਦੀ ਸਰਕਾਰ ਇਹਨਾਂ ਨੂੰ ਮੈਕਸੀਮਮ ਉਸਦੇ ਉੱਪਰ ਜਿਹੜੀ ਹੈ ਫਾਇਦਾ ਦੇ ਓਨੀ ਦੇਰ ਤੱਕ ਜਿਹੜੀ ਇਹ ਸਾਡੀ ਖੇਤੀ ਹੈ ਇਹ ਲਾਹੇਵੰਦ ਨਹੀਂ ਹੋ ਸਕਦੀ। ਸੋ ਮੋਦੀ ਜੀ ਹਿੰਦੁਸਤਾਨ ਦੀ ਸਰਕਾਰ ਆਲਰੇਡੀ ਇਸ ਦੇ ਉੱਤੇ ਕੰਮ ਕਰ ਰਹੀ ਹੈ ਔਰ ਅਸੀਂ ਇਹ ਕਰਾਂਗੇ ਵੀ ਕਿਸਾਨੀ ਨੂੰ ਐਗਰੋ ਬੇਸਡ ਇੰਡਸਟਰੀ ਨਾਲ ਜੋੜ ਕੇ ਕਿਸਾਨ ਨੂੰ ਪ੍ਰਫੁੱਲਿਤ ਕਰਾਂਗੇ ਕਿਸਾਨ ਦੀ ਆਮਦਨ ਵਧੇਗੀ ਔਰ ਕਰਜ਼ੇ ਲੈਣ ਕੌਣ ਕਰਜ਼ੇ ਮਾਫੀ ਦਾ ਕਦੀ ਇਹ ਲੋੜ ਹੀ ਨਹੀਂ ਪੈਗੀ। ਉਹੀ ਇੱਕ ਤਰੀਕਾ ਦੇਖੋ ਇਹਨਾਂ ਨੇ ਵੋਟਾਂ ਲੈਣ ਦੀ ਖਾਤਰ ਜਿਹੜੇ ਜੁਮਲੇ ਇਹ ਲੋਕਾਂ ਨਾਲ ਅੱਜ ਕਰਦੇ ਨੇ ਕੀ ਕੀਤਾ ਕਾਂਗਰਸ ਨੇ? ਕਾਂਗਰਸ ਨੇ ਯੂਪੀ ਦੇ ਵਿੱਚ ਸਧਾਰਨ ਔਰਤਾਂ ਨੂੰ ਇਹ ਗੱਲ ਕਹੀ ਵੀ ਜੇ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਹਰ ਔਰਤ ਨੂੰ 1 ਲੱਖ ਰੁਪਈਆ ਕੰਮ ਕਰਨ ਲਈ ਸ਼ੁਰੂਆਤ ਵਿੱਚ ਦੇਵਾਂਗੇ ਅਤੇ ਵੋਟਾਂ ਪਾ ਕੇ ਸਾਨੂੰ ਜਿਤਾਓ। ਜਿੱਦਣ ਵੋਟਾਂ ਖਤਮ ਹੋਈਆਂ ਉਸ ਦਿਨ ਕੀ ਹੋਇਆ ਵੀ ਔਰਤਾਂ ਸਾਰੀਆਂ ਬੈਂਕ ਦੇ ਵਿੱਚ ਲਾਈਨਾਂ ਲਾ ਕੇ ਖਲੋਦੀਆਂ ਔਰ ਵੇਖਿਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਉਹਨਾਂ ਨਾਲ ਮਜ਼ਾਕ ਕੀ ਹੋਇਆ? ਉਹਨਾਂ ਕਿਹਾ ਜੀ ਇੱਥੇ ਤਾਂ ਫਾਰਮ ਹੀ ਹੈ ਨਹੀਂ, ਫਾਰਮ ਖਤਮ ਹੋ ਚੁੱਕੇ ਨੇ, ਤੁਹਾਨੂੰ ਦੱਸਾਂਗੇ। ਸੋ ਇਸ ਤਰੀਕੇ ਨਾਲ ਭੋਲੇ ਭਾਲੇ ਲੋਕਾਂ ਨੂੰ ਉਕਸਾ ਕੇ ਉਹਨਾਂ ਦੀਆਂ ਵੋਟਾਂ ਲੈ ਕੇ ਇਹ ਕੋਈ ਤਰੀਕਾਕਾਰ ਨਹੀਂ। ਇਹ ਪੋਲੀਟੀਕਲ ਪਾਰਟੀਜ਼ ਨੂੰ ਇਹ ਸੋਚ ਆਪਣੀ ਬਦਲਣੀ ਪੈਗੀ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਉੱਤੇ ਜਦੋਂ ਭੈਣਾਂ ਦੇ ਨਾਲ ਸਾਡੀਆਂ ਧੀਆਂ ਭੈਣਾਂ ਨਾਲ ਵਾਅਦਾ ਕੀਤਾ ਵੀ 1,000 ਰੁਪਈਆ ਸਰਕਾਰ ਬਣਦਿਆਂ ਸਾਰੀ ਅਸੀਂ ਤੁਹਾਨੂੰ ਦੇਵਾਂਗੇ, ਅੱਜ ਸਾਰੇ ਲੱਭ ਰਹੇ ਨੇ ਕਿੱਥੋਂ ਦੇਣਗੇ? ਅੱਜ ਸਰਕਾਰਾਂ ਦਾ ਹਾਲਾਤ ਨੇ ਇਹ ਆਪਣਾ ਕੰਮ ਚਲਾਈ ਜਾਣ 'ਤੇ ਬੜੀ ਵੱਡੀ ਗੱਲ ਹੈ। ਸੋ ਜੋ ਕਰਨਾ ਹੈ ਉਹ ਪੂਰਨ ਕਰੋ, ਲੋਕਾਂ ਦੀਆਂ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਇਸ ਤਰੀਕੇ ਦੇ ਸ਼ਡਿਅੰਤਰ ਕਰਕੇ ਇਹ ਜਿਹੜਾ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੋ। ਤੇਲੰਗਾਨਾ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਔਰ ਉਹਨਾਂ ਨੇ 2 ਲੱਖ ਰੁਪਈਆ ਕਿਸਾਨਾਂ ਦੀ ਕਰਜ਼ਾ ਮਾਫੀ ਲਈ ਦਿੱਤਾ। ਅਸੀਂ ਕਿਸਾਨ ਹਿੰਦੁਸਤਾਨ ਦਾ ਕਿਸਾਨ ਕੋਈ ਮੰਗਤਾ ਨਹੀਂ। ਦੇਖੋ ਇਹ 19 ਦੇਰ ਤੱਕ ਪੰਜਾਬ ਹਿੰਦੁਸਤਾਨ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਕਰਜ਼ੇ ਤੋਂ ਬਾਹਰ ਨਹੀਂ ਆ ਸਕਦਾ ਜਿੰਨੀ ਦੇਰ ਤੱਕ ਸਾਰਾ ਕਰਜ਼ਾ ਕਿਸਾਨੀ ਦਾ ਮਾਫ ਨਾ ਹੋਵੇ। ਉਹ ਸਾਰੇ ਕਰਜ਼ੇ ਦਾ ਮਤਲਬ ਕੀ ਵੀ ਜੇ ਇੱਕ ਅੱਜ ਜਿਹੜੀ ਜਿਨਸ ਹੈ ਅੱਜ ਜਿਹੜੀ ਫਾਰਮ ਸੈਕਟਰ ਹੈ ਉਹ ਇੰਨਾ ਅਨਵਾਇਬਲ ਹੋ ਗਿਆ ਕਿਉਂਕਿ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਪੈਸਟੀਸਾਈਡ ਦੀਆਂ ਕੀਮਤਾਂ ਖਾਦਾਂ ਦੀਆਂ ਕੀਮਤਾਂ ਉਹ ਇੰਨਾ ਜ਼ਿਆਦਾ ਵੱਧ ਚੁੱਕੀਆਂ ਹਨ ਵੀ ਕੋਈ ਵੀ ਜੇਕਰ ਤੁਸੀਂ ਕੋਈ ਫਸਲ ਜਾਂ ਜਿਨਸ ਬੀਜਦੇ ਹੋ ਉਹ ਘਾਟੇਬੰਦ ਦਾ ਸੌਦਾ ਹੈ
ਨਾ ਕਿ ਲਾਹੇ ਵਨਸੌਦਾ ਹੈ। ਅਸੀਂ ਹਿੰਦੁਸਤਾਨ ਨੂੰ ਕਿਸਾਨ ਨੂੰ ਜਿੰਨੀ ਦੇਰ ਤੱਕ ਜਿਹੜੀ ਖੇਤੀ ਹੈ ਇਸ ਨੂੰ ਐਗਰੋ ਬੇਸਡ ਇੰਡਸਟਰੀ ਦੇ ਨਾਲ ਨਹੀਂ ਜੋੜਾਂਗੇ, ਇਹਨੂੰ ਇਹ ਫਾਇਦੇ ਇਹ ਜਿਹੜਾ ਸਰਕਾਰ ਸੈਂਟਰ ਦੀ ਸਰਕਾਰ ਇਹਨਾਂ ਨੂੰ ਮੈਕਸੀਮਮ ਉਸਦੇ ਉੱਪਰ ਜਿਹੜੀ ਹੈ ਫਾਇਦਾ ਦੇ, ਓਨੀ ਦੇਰ ਤੱਕ ਜਿਹੜੀ ਇਹ ਸਾਡੀ ਖੇਤੀ ਹੈ ਇਹ ਲਾਹੇਵੰਦ ਨਹੀਂ ਹੋ ਸਕਦੀ। ਸੋ ਮੋਦੀ ਜੀ, ਹਿੰਦੁਸਤਾਨ ਦੀ ਸਰਕਾਰ ਆਲਰੇਡੀ ਇਸ ਦੇ ਉੱਤੇ ਕੰਮ ਕਰ ਰਹੀ ਹੈ ਔਰ ਅਸੀਂ ਇਹ ਕਰਾਂਗੇ ਵੀ ਕਿਸਾਨੀ ਨੂੰ ਐਗਰੋ ਬੇਸ ਇੰਡਸਟਰੀ ਨਾਲ ਜੋੜ ਕੇ ਕਿਸਾਨ ਨੂੰ ਪ੍ਰਫੁੱਲਿਤ ਕਰਾਂਗੇ, ਕਿਸਾਨ ਦੀ ਆਮਦਨ ਵਧੇਗੀ ਔਰ ਕਰਜ਼ੇ ਲੈਣ ਕੌਰ ਕਰਜ਼ੇ ਮਾਫ਼ੀ ਦਾ ਕਦੀ ਇਹ ਲੋੜ ਹੀ ਨਹੀਂ ਪੈਗੀ। ਉਹੀ ਇੱਕ ਤਰੀਕਾ। ਦੇਖੋ ਇਹਨਾਂ ਨੇ ਵੋਟਾਂ ਲੈਣ ਦੀ ਖਾਤਰ ਜਿਹੜੇ ਜੁਮਲੇ ਇਹ ਲੋਕਾਂ ਨਾਲ ਅੱਜ ਕਰਦੇ ਨੇ, ਕੀ ਕੀਤਾ ਕਾਂਗਰਸ ਨੇ? ਕਾਂਗਰਸ ਨੇ ਯੂਪੀ ਦੇ ਵਿੱਚ ਸਧਾਰਨ ਔਰਤਾਂ ਨੂੰ ਇਹ ਗੱਲ ਕਹੀ ਵੀ ਜੇ ਸਾਡੀ ਸਰਕਾਰ ਬਣੇਗੀ ਤਾਂ ਅਸੀਂ ਹਰ ਔਰਤ ਨੂੰ 1 ਲੱਖ ਰੁਪਈਆ ਕੰਮ ਕਰਨ ਲਈ ਸ਼ੁਰੂਆਤ ਵਿੱਚ ਦੇਵਾਂਗੇ ਅਤੇ ਵੋਟਾਂ ਪਾ ਕੇ ਸਾਨੂੰ ਜਿਤਾਓ। ਜਿੱਦਣ ਵੋਟਾਂ ਖਤਮ ਹੋਈਆਂ ਉਸ ਦਿਨ ਕੀ ਹੋਇਆ ਵੀ ਔਰਤਾਂ ਸਾਰੀਆਂ ਬੈਂਕ ਦੇ ਵਿੱਚ ਲਾਈਨਾਂ ਲਾ ਕੇ ਖਲੋਂਦੀਆਂ ਔਰ ਵੇਖਿਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ। ਉਹਨਾਂ ਨਾਲ ਮਜ਼ਾਕ ਕੀ ਹੋਇਆ? ਉਹਨਾਂ ਕਿਹਾ ਜੀ ਇੱਥੇ ਤਾਂ ਫਾਰਮ ਹੀ ਹੈ ਨਹੀਂ, ਫਾਰਮ ਖਤਮ ਹੋ ਚੁੱਕੇ ਨੇ, ਤੁਹਾਨੂੰ ਦੱਸਾਂਗੇ। ਸੋ ਇਸ ਤਰੀਕੇ ਨਾਲ ਭੋਲੇ ਭਾਲੇ ਲੋਕਾਂ ਨੂੰ ਉਕਸਾ ਕੇ ਉਹਨਾਂ ਦੀਆਂ ਵੋਟਾਂ ਲੈ ਕੇ ਇਹ ਕੋਈ ਤਰੀਕਾਕਾਰ ਨਹੀਂ। ਇਹ ਪੋਲੀਟੀਕਲ ਪਾਰਟੀਜ਼ ਨੂੰ ਇਹ ਸੋਚ ਆਪਣੀ ਬਦਲਣੀ ਪੈਗੀ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਉੱਤੇ ਜਦੋਂ ਭੈਣਾਂ ਦੇ ਨਾਲ ਸਾਡੀਆਂ ਧੀਆਂ ਭੈਣਾਂ ਨਾਲ ਵਾਅਦਾ ਕੀਤਾ ਵੀ 1,000 ਰੁਪਈਆ ਸਰਕਾਰ ਬਣਦਿਆਂ ਸਾਰੀ ਅਸੀਂ ਤੁਹਾਨੂੰ ਦੇਵਾਂਗੇ, ਅੱਜ ਸਾਰੇ ਲੱਭ ਰਹੇ ਨੇ ਕਿੱਥੋਂ ਦੇਣਗੇ? ਅੱਜ ਸਰਕਾਰਾਂ ਦਾ ਹਾਲਾਤ ਨੇ ਇਹ ਆਪਣਾ ਕੰਮ ਚਲਾਈ ਜਾਣ ਤਾਂ ਬੜੀ ਵੱਡੀ ਗੱਲ ਹੈ। ਸੋ ਜੋ ਕਰਨਾ ਹੈ ਉਹ ਪੂਰਨ ਕਰੋ, ਲੋਕਾਂ ਦੀਆਂ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਇਸ ਤਰੀਕੇ ਦੇ ਸ਼ਡਿਅੰਤਰ ਕਰਕੇ ਇਹ ਜਿਹੜਾ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੋਊ।